ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲਓ ਜੀ ਸਵਾਗਤ ਅੱਜ ਨਵੇਂ ਬਲੌਗ ਦੇ ਵਿੱਚ। ਅਤੇ ਬਹੁਤ ਟਾਈਮ ਬਾਅਦ ਵੀਡੀਓ ਸ਼ੂਟ ਕਰ ਰਹੇ ਹਾਂ ਅਤੇ ਅੱਜ ਆਪਾਂ ਲੱਗੇ ਹੋਏ ਆਪਣਾ ਝੋਨਾ ਵਢਾਉਣ, ਅਤੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਨਾਲੇ ਤੁਹਾਨੂੰ ਨਾਲ ਨਾਲ ਸਭ ਕੁ ਦੱਸਦੇ ਹਾਂ ਕਿਵੇਂ ਝੋਨਾ ਵੱਢਿਆ ਜੀ ਸਾਰਾ। ਮਿੱਤਰ ਬਜ਼ਾਰੋ ਮਸ਼ੀਨ ਲੱਗ ਗਈ, ਇੱਧਰ ਇੱਕ ਹੱਥਾ ਵੱਢਦਾ ਆ ਅਤੇ ਸਵੇਰ ਦੀ ਵੀਡੀਓ ਵੀ ਸ਼ੂਟ ਕਰੂਗੀ। ਅਤੇ ਹੁਣ ਆ ਟਰਾਲਾ ਵੀ ਲੈ ਕੇ ਆਇਆ ਮੁੰਡੇ ਯਾਰ ਦੋਸਤ ਦਾ, ਅਤੇ ਉੱਧਰ ਲੱਗੀ ਹੋਈ ਆ। ਨਾਲੇ ਇੱਧਰ ਤੁਹਾਨੂੰ ਦਿਖਾਵਾਂਗੇ ਝੋਨਾ ਵੱਢਦੇ। ਅਤੇ ਆਹ ਹੈਗਾ ਜੀ ਆਪਣਾ 95 ਗੰਨਾ, ਦੇਖੋ ਜੀ 95 ਅਤੇ ਅੱਧ ਦੇਖੋ 38, ਕਿੰਨਾ ਫਰਕ ਹੈ। 95 ਦੇਖੋ ਕਿੰਨਾ। ਇੱਧਰ ਆ ਚੱਲਦੀ ਇੱਧਰ ਕੰਬਾਈਨ, ਇੱਕ ਟਰਾਲਾ ਇੱਧਰ ਹੈ ਅਤੇ ਦੂਜਾ ਟਰਾਲਾ ਇੱਧਰ ਆ ਗਿਆ। ਆ ਰਿਹਾ ਜੀ ਮੱਝਣ, ਆਪਣੀ ਮੋਟਰ ਚੱਲਦੀ ਹੈ। ਦੂਜੇ ਟਰਾਲੀ ਲੱਗਿਆ ਪਰ ਨਾ ਉਹਦੇ ਦਾਣੇ ਥੋੜ੍ਹੇ ਦੇ ਨਾਲੇ ਕਿੱਲਾ ਥੱਕਾ ਕੇ ਉਹ ਹੁਣ ਇੱਕ ਦੋ ਦਿਨ ਬਾਅਦ ਵਧਾਂਗੇ। ਮੈਂ ਅੱਜ ਜਲਦੀ ਕੰਬਾਈਨ ਦੇ ਇਹਦੇ ਵਿੱਚ ਮੋਟਰ ਕਰਾਂਗੇ ਦਾਣੇ ਭਰਾਵਾਂਗੇ। ਮਿੱਤਰੋ ਇੱਧਰ ਬੱਦਲ ਦਾ ਵੀ ਹਿਸਾਬ ਕਿਤਾਬ ਜਿਹਾ ਹੋ ਗਿਆ ਆ, ਅਤੇ ਵੱਢ ਹੋ ਗਈ ਥੋੜ੍ਹੀ ਬਹੁਤੀ। ਅਤੇ ਅੰਕਲ ਹੋਣਾ ਨੇ ਜਿਹਨਾਂ ਦੀ ਕੰਬਾਈਨ ਉਹਨਾਂ ਨੇ ਜਾਣੀ ਅੱਗੇ ਵੱਢਣ ਕਿਸੇ ਹੋਰ ਦੀ, ਅਤੇ ਹੁਣ ਆਪਣੀ ਇੱਧਰ ਇੰਨੀ ਕੁ ਵੱਢ ਕੇ ਚੱਲੇ ਆ। ਬਾਕੀ ਅਸੀਂ ਦੇਖੋ ਇੱਕ ਦਿਨ ਬਾਅਦ ਜਾਂ ਦੋ ਕੁ ਦਿਨ ਬਾਅਦ ਆਉਣਗੇ ਵਢਾਉਣਗੇ, ਅੱਗੇ ਮੀਂਹ ਦਾ ਬੱਦਲ ਬਾਈ ਦਾ ਕੰਮ ਵੱਧ ਗਿਆ। ਬਾਕੀ ਚਲੋ ਕੋਈ ਨਹੀਂ, ਅੱਗੇ ਨਾਲ ਨਾਲ ਤੁਹਾਨੂੰ ਇੱਧਰ ਦਾਣੇ ਪੈਂਦੇ ਹੋਏ ਮਸ਼ੀਨ 'ਤੇ। ਬਾਕੀ ਬਣੇ ਰਹੇ ਵੀਡੀਓ ਦੇ ਨਾਲ ਨਾਲ ਉਹਦਾ ਅਪਡੇਟ ਮਿਲਦੀ ਰਹੂਗੀ। ਅਤੇ ਕੱਲ੍ਹ ਹੁਣ ਇੱਥੇ ਬਣਾਵਾਂਗੇ ਅਤੇ ਉਹ ਵੀਡੀਓ ਮਿਲੇਗੀ।